ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹੁਣੇ-ਹੁਣੇ ਭਾਰਤ ਵਿੱਚ ਲੱਗੇ ਲਾਛਾਂ ਦੇ ਢੇਰ 42 ਮਰੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੱਡਾ ਐਲਾਨ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਫੋਨ ਤੇ ਇੱਕ ਡਿਸਪਲੇ ਦੇ ਉੱਪਰ ਇੱਕ ਵੱਸ ਨਹਿਰ ਦੇ ਵਿੱਚ ਡਿੱਗੀ ਦਿਖਾਈ ਦੇ ਰਹੀ ਆ ਕ੍ਰੈਨ ਦੀ ਮਦਦ ਨਾਲ ਚੱਕੀ ਜਾ ਰਹੀ ਹੈ ਜੀ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਖਬਰ ਨੂੰ ਕਵਰ ਕਰਾਂਗੇ ਕਿਉਂ ਪਾਣਾ ਵਾਪਰਿਆ ਕੀ ਹਾਦਸਾ ਹੋਇਆ ਕਿਉਂ 42 ਲੋਕਾਂ ਦੀ ਮੌਤ ਹੋਈ ਹੈ ਕੀ ਕਾਰਨ ਹੈ ਪੂਰੀ ਡਿਟੇਲ ਨਾਲ ਤੁਹਾਡੇ ਨਾਲ ਖਬਰ ਤੁਹ ਸਾਂਝਾ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸ਼ੁਰੂਆਤ ਕਰਦੇ ਹਾਂ ਜੀ ਇੰਡੀਆ ਦੇ ਵਿੱਚ ਇੱਕ ਕਹਿਰ ਵਾਪਰਿਆ ਜਿੱਥੇ 42 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ ਪੂਰੇ ਭਾਰਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਸੀਦੀ ਦੇ ਵਿੱਚ ਰਾਮਪੁਰ ਨੈਕਿਨ ਥਾਣਾ ਇਲਾਕਾ ਦੇ ਸਾਹਮਣੇ ਆਈਆ ਜਿੱਥੇ ਇੱਕ ਬਸ ਦੇ 30 ਫੁੱਟ ਡੂੰਗੀ ਨਹਿਰ ਦੇ ਵਿੱਚ ਡਿੱਗ ਜਾਣ ਕਰਕੇ 42 ਲੋਕਾਂ ਦੀ ਮੌਕੇ ਪਰ ਮੌਤ ਹੋ ਗਈ ਇਸ ਘਟਨਾ ਜਿਹੜੀ ਅੱਜ ਸਵੇਰੇ ਵਾਪਰੀ ਹੈ ਜਦੋਂ ਇੱਕ ਬੱਸ ਨਹਿਰ ਦੇ ਵਿੱਚ ਡਿੱਗ ਗਈ ਇਸ ਬੱਸ ਦੇ ਵਿੱਚ ਬਾਗਵਾਰ ਚੋਰਗੜੀ ਸਮੇਤ ਆਸ-ਪਾਸ ਦੇ ਯਾਤਰੀ ਸਵਾਰ ਸਨ ਇਹ ਬੱਸ ਨਹਿਰ ਦੇ ਵਿੱਚ ਡਿੱਗਣ ਦੌਰਾਨ ਹਾਦਸੇ ਦੇ ਬਾਅਦ ਤੁਰੰਤ ਬਾਅਦ ਜਿਹੜੇ ਤੈਰ ਕੇ ਬਾਹਰ ਆ ਗਏ 7 ਲੋਕਾਂ ਨੂੰ ਗ੍ਰਾਮੀਣ ਨੇ ਬਚਾ ਲਿਆ ਇਸ ਘਟਨਾ ਨੂੰ ਲੈ ਕੇ ਪੀਐਮ ਮੋਦੀ ਦੇ ਵੱਲੋਂ ਹਾਦਸੇ ਦੇ ਵਿੱਚ ਜਾਨ ਗੁਆਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਦੇ ਵਿੱਚੋਂ 2-2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਸਿੱਧੀ ਕਲੈਕਟਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਦੋਸਤੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਿਹੜਾ ਬੱਸ ਦਾ ਡਰਾਈਵਰ ਸੀਗਾ ਉਹ ਤੈਰ ਕੇ ਬਾਹਰ ਨਿਕਲ ਗਿਆ ਪਰ ਉਹ ਉੱਥੋਂ ਭੱਜਣ ਦੇ ਵਿੱਚ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਪਰ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਗੋਤਾਖੋਰਾਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰੇਨ ਦੀ ਮਦਦ ਨਾਲ ਬੱਸ ਨੂੰ ਬਾਹਰ ਕੱਢਿਆ ਗਿਆ ਬੱਸ ਨੂੰ ਤੇਜ਼ ਵਹਾਅ ਦੇ ਵਿੱਚ ਵਹਿਣ ਤੋਂ ਰੋਕਣ ਦੇ ਲਈ ਬਾਣ ਸਾਗਰ ਡੈਮ ਦੇ ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਵੀ ਤੁਰੰਤ ਬੰਦ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਦੋਸਤੋ ਬੱਸ ਦੇ ਵਿੱਚ ਸਵਾਰ 7 ਲੋਕ ਹੀ ਸਿਰਫ ਬਚ ਸਕੇ ਨੇ ਬਾਕੀ ਸਭ ਦੀ ਮੌਤ ਹੋ ਗਈ ਆ ਵੱਡੀ ਦੁੱਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਆ ਦੋਸਤੋ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਧੰਨਵਾਦ